ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਜਗਤਾਰ ਸਿੰਘ, ਪਿੰਡ ਰੂਪਪੁਰ ਟੰਡੋਲਾ, ਤਹਿਸੀਲ ਠਾਕੁਰ ਦੁਆਰਾ, ਜ਼ਿਲ੍ਹਾ ਮੁਰਾਦਾਬਾਦ, ਉੱਤਰ ਪ੍ਰਦੇਸ਼। ਆਹ ਤੁਹਾਨੂੰ ਵਿਖਾ ਦਿੰਦੇ ਹਾਂ ਜੀ, ਆਹ ਕਣਕ ਬੀਜੀ ਆ ਔਰਗੈਨਿਕ 2967। ਇਹ ਅੱਜ 50 ਦਿਨਾਂ ਦੀ ਹੋ ਗਈ ਆ। ਇਸ ਦੇ ਵਿੱਚ ਲਗਭਗ 200 ਤੋਂ 250 ਕੁਇੰਟਲ ਰੂੜੀ ਪਾਈ ਆ। ਉਸ ਤੋਂ ਬਾਅਦ 2 ਲੀਟਰ ਇੱਕ ਜੀਜੋਲ ਨਾਮ ਦਾ ਪ੍ਰੋਡਕਟ ਆਉਂਦਾ ਔਰਗੈਨਿਕ ਦੇ ਵਿੱਚ, ਜਿਹੜਾ ਕਾਓ ਯੂਰੇਨ, ਕਾਓ ਡੰਕ, ਸ਼ੂਗਰ ਕੇਨ ਜੂਸ, ਦੇਸੀ ਘਿਓ, ਦੁੱਧ, ਹੋਰ ਇੱਕ ਅੱਧੀਆਂ ਚੀਜ਼ਾਂ ਉਹਦੇ 'ਚ ਮਿਕਸ ਕਰਕੇ ਫਰਮਟਾਈਜ਼ ਕੀਤਾ ਹੋਇਆ। 2 ਲੀਟਰ ਉਹ ਰੇਤੇ 'ਚ ਮਿਲਾ ਕੇ ਪਾਇਆ, ਅਤੇ ਅੱਜ ਤੋਂ 4 ਦਿਨ ਪਹਿਲਾਂ 1 ਲੀਟਰ 1 ਕਿੱਲੇ ਦੇ ਹਿਸਾਬ ਨਾਲ ਇਹਦੀ ਸਪਰੇਅ ਕੀਤੀ। ਸਪਰੇਅ ਤੋਂ ਬਾਅਦ ਕੁਛ ਖਾਸ ਫਰਕ ਨਹੀਂ ਪਿਆ, 3-4 ਦਿਨ ਹੋ ਗਏ ਨੇ, ਕੋਈ ਫਰਕ ਨਹੀਂ ਪਿਆ। ਅਤੇ ਅੱਜ ਅਸੀਂ ਆਪਣਾ ਘਰ ਦਾ ਬਣਾਇਆ ਹੋਇਆ, ਆਹ ਤੁਸੀਂ ਵੇਖੋ ਜੀ, ਜ਼ੁਬਰੈਲਿਕ ਐਸਿਡ, ਜਿਹਦੇ ਵਿੱਚ ਅਸੀਂ ਲਗਭਗ 35 ਲੀਟਰ ਪਾਣੀ ਦੇ ਵਿੱਚ ਆਪਣਾ 5 ਪਾਥੀਆਂ 1 ਸਾਲ ਪੁਰਾਣੀਆਂ ਜਿਹਨੂੰ ਸਲਾਬ ਨਾ ਲੱਗੀ ਹੋਵੇ ਉਹ ਪਾਈਆਂ, ਅਤੇ ਉਹਦੇ ਵਿੱਚ 250 ਤੋਂ 300 ਗ੍ਰਾਮ ਗੁੜ, ਅਤੇ ਲਗਭਗ ਇੰਨਾ ਹੀ 200-250 ਗ੍ਰਾਮ ਬੇਸਣ। ਅਸੀਂ 5 ਦਿਨ ਪਹਿਲਾਂ ਪਾ ਕੇ ਅਤੇ ਛਾਵੇਂ ਰੱਖਤਾ, ਅਤੇ ਇਹਨੂੰ ਹਿਲਾਉਂਦੇ ਰਹੇ, ਅਤੇ ਅੱਜ ਇਹਦੀ ਸਪਰੇਅ ਕਰਨ ਲੱਗੇ ਹਾਂ। ਲਗਭਗ ਮੰਨ ਕੇ ਚੱਲੋ ਜੀ ਕਿ 10 ਲੀਟਰ ਪਾਣੀ 1 ਕਿੱਲੇ ਵਿੱਚ ਪਾਥੀਆਂ ਵਾਲਾ ਜੋ ਮਿਕਸਚਰ ਤਿਆਰ ਕੀਤਾ ਸੀ, ਅਤੇ ਆਹ ਸਾਡੀ ਟੈਂਕੀ 25 ਲੀਟਰਾਂ ਵਾਲੀ ਆ, ਅਤੇ ਇੱਕ ਟੈਂਕੀ ਦੇ ਵਿੱਚ ਅਸੀਂ 2 ਲੀਟਰ ਮਿਕਸਚਰ ਪਾਈਦਾ ਅਤੇ ਬਾਕੀ ਪਾਣੀ, ਯਾਨੀ ਕਿ 5 ਟੈਂਕੀਆਂ 1 ਕਿੱਲੇ 'ਚ ਮਾਰ ਰਹੇ ਹਾਂ 10 ਲੀਟਰ ਮਿਕਸਚਰ ਨਾਲ, ਬਾਕੀ ਪਾਣੀ ਨਾਲ ਟੈਂਕੀ ਪੂਰੀ ਕਰ ਲਈ ਦੀ ਆ। ਕਿਸਾਨਾਂ 'ਚ ਕਈ ਵਾਰ ਕਨਫਿਊਜ਼ਨ ਹੋ ਜਾਂਦਾ ਕਿ ਆਹ 1 ਲੀਟਰ ਪਾਣੀ ਨਾਲ ਕਿੱਲਾ ਕਿਸ ਤਰ੍ਹਾਂ ਪੂਰਾ ਕਰੀਏ, ਅਤੇ ਵੀਰੋ ਉਹ 10 ਲੀਟਰ ਪਾਣੀ ਦਾ ਮਤਲਬ ਹੈ ਕਿ ਹਰ ਟੈਂਕੀ 'ਚ 2 ਲੀਟਰ ਪਾਣੀ ਆਹ ਪਾਉਣਾ ਮਿਕਸਚਰ ਵਾਲਾ, ਅਤੇ ਬਾਕੀ ਪਾਣੀ ਪਾ ਕੇ ਟੈਂਕੀ ਪੂਰੀ ਕਰਕੇ, ਅਤੇ 5 ਟੈਂਕੀਆਂ ਲਗਭਗ 125 ਲੀਟਰ ਪਾਣੀ, 25 ਲੀਟਰ ਦੀ ਟੈਂਕੀ ਆ ਅਤੇ 5 ਟੈਂਕੀਆਂ ਕਿੱਲੇ 'ਚ ਮਾਰੀਆਂ, 125 ਲੀਟਰ ਪਾਣੀ ਅਸੀਂ ਇਹਦੇ ਵਿੱਚ ਯੂਜ਼ ਕਰ ਰਹੇ ਹਾਂ, ਅਤੇ ਦੇਖਦੇ ਹਾਂ ਹੁਣ ਕੀ ਰਿਜ਼ਲਟ ਆਉਂਦਾ। ਬਾਕੀ ਆਹ ਬਰਸੀਨ ਆ, ਇਹਨੂੰ 4 ਦਿਨ ਪਹਿਲਾਂ ਹੀ ਪਾਥੀਆਂ ਦਾ ਪਾਣੀ ਮਾਰਿਆ ਸੀ, ਅਤੇ ਠੀਕ ਹੈ, ਚੰਗਾ ਲੱਗ ਰਿਹਾ ਕਿ ਕੁਛ ਫਰਕ ਹੈ, ਮਤਲਬ ਰੂਟੀਨ ਨਾਲੋਂ ਕੁਛ ਹਟ ਕੇ ਹੋਇਆ। ਅੱਜ ਫਿਰ ਇਹਨੂੰ 1 ਟੈਂਕੀ ਪਾਣੀ ਦੀ ਅਸੀਂ ਮਿਕਸਚਰ ਦੀ ਜੋ ਹੈ ਮਾਰ ਦੇਣੀ ਆ 2 ਲੀਟਰ ਵਾਲੀ। ਪਿਛਲੀ ਵਾਰ ਅਸੀਂ ਜਿਹੜੀ ਇਹਦੇ 'ਚ ਮਾਰਿਆ ਸੀ ਆਪਣਾ ਘਰ ਦਾ ਜ਼ੁਬਰੈਲਿਕ ਐਸਿਡ, ਉਹਦੇ ਅੰਦਰ ਅਸੀਂ ਗੁੜ ਪਾਇਆ ਸੀ, ਬੇਸਣ ਨਹੀਂ ਸੀ ਪਾਇਆ, ਅਤੇ ਅੱਜ ਅਸੀਂ ਇਹਦੇ ਵਿੱਚ ਬੇਸਣ ਵੀ ਮਿਲਾਇਆ, ਥੋੜ੍ਹੇ ਮਾਈਕਰੋ ਨਿਊਟ੍ਰੈਂਟਸ ਇਹਦੇ 'ਚ ਆ ਜਾਣਗੇ, ਅਤੇ ਦੇਖਦੇ ਹਾਂ ਹੁਣ ਕੀ ਰਿਜ਼ਲਟ ਆਉਂਦਾ। ਬਾਕੀ ਆ ਪਾਥੀਆਂ ਵਾਲਾ ਫਾਰਮੂਲਾ ਵੀਰ ਗੁਰਪ੍ਰੀਤ ਸਿੰਘ ਦਬੜੀ ਖਾਨਾ ਜੀ ਤੋਂ ਯੂਟਿਊਬ 'ਤੇ ਅਸੀਂ ਸੁਣਿਆ ਸੀ ਉਹਨਾਂ ਨੂੰ, ਉਹਨਾਂ ਨੇ ਦੱਸਿਆ ਸੀਗਾ, ਅਤੇ ਅੱਜ ਵਰਤਿਆ, ਅਤੇ ਬਰਸੀਨਸ 'ਤੇ ਕੁਛ ਲੱਗ ਰਿਹਾ ਕਿ ਹਾਂ ਰੌਣਕ ਜੀ ਹੈ ਇਹਦੇ ਅੰਦਰ, ਅਤੇ ਬਾਕੀ ਅੱਜ ਹੋਰ ਮਾਰਦੇ ਹਾਂ ਅਤੇ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ। ਸਤਿ ਸ਼੍ਰੀ ਅਕਾਲ ਵੀਰ।